ਪੇਪਰ ਤਾਂ ਹੋ ਚੁੱਕਿਆ, ਤੁਹਾਨੂੰ ਸਾਰਿਆਂ ਨੂੰ ਇੰਸਟਰਕਸ਼ਨ ਮਿਲ ਗਈਆਂ, ਸਾਰਿਆਂ ਨੂੰ ਸਮਝ ਆ ਗਈ ਹੈ ਨਾ? ਸਰਦਾਰ ਨਛੱਤਰ ਸਿੰਘ ਜੀ ਕਿੱਥੇ ਨੇ, ਪਰਮਿੰਦਰ ਸਿੰਘ ਜੀ ਕਿੱਥੇ ਨੇ? ਪਰਮਿੰਦਰ ਸਿੰਘ, ਸਰਦਾਰ ਨਛੱਤਰ ਸਿੰਘ ਜੀ, ਨਛੱਤਰ ਸਿੰਘ ਜੀ ਕਿੱਥੇ ਨੇ? ਪਰਮਿੰਦਰ ਸਿੰਘ ਕਿੱਥੇ ਹੈ? ਬੱਚੇ ਬੱਚੇ ਜ਼ਿਆਦਾ ਜੀ, ਤੁਸੀਂ ਜ਼ਿਆਦਾ? ਹਾਂਜੀ, ਓਕੇ ਜੀ, ਆਪਾਂ 2 ਮਿੰਟ ਫਿਰ ਗੱਲਾਂ ਬਾਤਾਂ ਕਰ ਲਈਏ। ਓਕੇ, ਪਹਿਲਾਂ ਪੇਪਰ ਬਣਾਓ ਬੱਚੇ, ਨਾਲ ਦੋ ਨਾਲ ਲਿਖ, ਨਾਲ ਦੋ ਸਮਝਾ ਦਿੰਦਾ ਮੈਂ। ਬੱਚਿਓ, ਆਪਣਾ ਅੱਜ ਦਾ ਪ੍ਰੋਗਰਾਮ ਜਿਹੜਾ ਹੈ, ਕੌਣ ਬਣੇਗਾ ਪਿਆਰੇ ਦਾ ਪਿਆਰਾ, ਅੱਧੇ ਘੰਟੇ ਦਾ ਆਪਣਾ ਪੇਪਰ ਹੈ। ਕਿੰਨੇ ਟਾਈਮ ਦਾ? ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ, ਤੁਸੀਂ ਧਿਆਨ ਦੇ ਵਿੱਚ ਰੱਖਣੀ ਆ, ਜਨਾਬ
ਬਾਬੇ ਨੂੰ ਗੁਰੂ ਸਾਹਿਬ ਬਣ ਕੇ ਖਾਲਸਾ ਥੋੜ੍ਹੀ ਹਥਿਆਰਾਂ ਦਾ ਖਾਲਸੇ ਅਤੇ ਸ਼ਾਨ ਹਥਿਆਰ ਨਾ। ਸੋ ਬੱਚੋ ਸੱਚੋ ਸਮਝ ਲਓ, 25 ਸਵਾਲਾਂ ਦਾ ਤੁਹਾਡਾ ਪੇਪਰ ਹੈ। ਕਿਹੜੇ ਸਵਾਲਾਂ ਦਾ? 25। ਜੇ ਤੁਸੀਂ ਇੱਕ ਆਨਸਰ ਗਲਤ ਕਰੋਗੇ ਤਾਂ ਤੁਹਾਡਾ ਇੱਕ ਨੰਬਰ ਕੱਟਿਆ ਜਾਏਗਾ। ਨੈਗੇਟਿਵ ਮਾਰਕਿੰਗ ਜਿਹੜੀ ਹੈ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ, ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ। ਕਿਵੇਂ? ਮਤਲਬ ਸਪੋਜ਼ ਕਰ ਲਓ, ਇਹਨੇ ਪੇਪਰ ਦਿੱਤਾ, ਇਹਨੇ ਪੇਪਰ ਦਿੱਤਾ, ਇਹਨੇ ਕੀਤੇ 20 ਆਨਸਰ ਸੀ, ਠੀਕ ਹੈ, ਓਕੇ। ਇਹਨੇ ਪੇਪਰ ਕੀਤਾ, ਇਹਨੇ ਕੀਤੇ 18 ਸੀ, ਓਕੇ। 20 ਲਾਈਕ ਕਰਦਾ ਕਰਦਾ ਲਾਈਕ ਕਰਦਾ ਕਰਦਾ ਫਿਰ ਚਲਾ ਦਿਓ।
ਬਾਬਾ ਜੀ ਜਿਹੜੇ ਇੱਥੋਂ ਦੇ ਅਨੰਦਪੁਰੀ ਸਾਹਿਬ ਅਸਥਾਨ ਹੈ ਉਸ ਸਕੂਲ ਤੋਂ ਵੀ ਕਾਫੀ ਬੱਚੇ ਜਿਹੜੇ ਨੇ ਪਾਰਟੀਸਪੇਟ ਕਰਨ ਵਾਸਤੇ ਅੱਜ ਇੱਥੇ ਪਹੁੰਚੇ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਸਰਦਾਰ ਬਲਜਿੰਦਰ ਸਿੰਘ ਜੀ ਆ ਜਾਓ ਮੇਰੇ ਨਾਲ ਅੱਜ। ਸਰਦਾਰ ਬਲਜਿੰਦਰ ਸਿੰਘ ਜੀ ਪੰਨੂ ਸਾਡੇ ਵਿੱਚ ਜਿਹੜੇ ਵੀਰ ਇਟਲੀ ਤੋਂ ਵਿਸ਼ੇਸ਼ ਕਰਕੇ ਪਹੁੰਚੇ ਨੇ ਔਰ ਅੱਜ ਦਾ ਪ੍ਰੋਗਰਾਮ ਇਹਨਾਂ ਵੱਲੋਂ ਜਿਹੜਾ ਸਪੋਂਸਰ ਕੀਤਾ ਗਿਆ ਹੈ ਅੱਜ ਸਾਰੇ ਬੱਚਿਆਂ ਵਾਸਤੇ ਰਿਫਰੈਸ਼ਮੈਂਟ ਦਾ ਸਹਿਯੋਗ ਵਾਸਤੇ ਲੰਗਰ ਦਾ ਬੱਚਿਆਂ ਨੂੰ ਜੋ ਵੀ ਅੱਜ ਸਾਰਾ ਪ੍ਰੋਗਰਾਮ ਦੀ ਜ਼ਿੰਮੇਵਾਰੀ ਉਹ ਸਰਦਾਰ ਬਲਜਿੰਦਰ ਸਿੰਘ ਜੀ ਪੰਨੂ ਇਹਨਾਂ ਵੱਲੋਂ ਜਿਹੜੀ ਆ ਲਿਖਾਈ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸੰਗਤਾਂ ਦਾ ਵੀ ਆਓ ਰਲ ਮਿਲ ਕੇ ਆਪਾਂ ਇੱਦਾਂ ਆਪਣੇ ਬੱਚਿਆਂ ਦੇ ਜਨਮਦਿਨ ਆਪਣੇ ਬਜ਼ੁਰਗਾਂ ਦੀਆਂ ਬਰਸੀਆਂ ਆਪਣੇ ਖੁਸ਼ੀ ਦਾ ਜਿਹੜਾ ਅਸੀਂ ਸਾਂਝੇ ਕਰਨੀ ਆ ਜੋ ਆਪਾਂ ਲੰਗਰਾਂ ਤੋਂ ਹਟ ਕੇ ਹੋਰ ਗੱਲਾਂ ਤੋਂ ਹਟ ਕੇ ਆਪਾਂ ਬੱਚਿਆਂ ਨੂੰ ਗੁਰਮਤਿ ਨਾਲ ਜੋੜ ਕੇ ਇੱਦਾਂ ਦੀਆਂ ਖੁਸ਼ੀਆਂ ਜਿਹੜੀਆਂ ਉਹ ਮਨਾਈਏ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮੈਂ ਤੁਹਾਡੇ ਨਾਲ ਬਾਬਾ ਜੀ ਦੇ ਸਕੂਲ ਤੋਂ ਜਾਂ ਆਪਣੇ ਸਕੂਲ ਤੋਂ ਵੀ ਟੀਚਰ ਸਾਹਿਬਾਨ ਸਾਡੇ ਦੇਖੇ ਨੇ ਉਹ ਸਭ ਤੋਂ ਕਾਫੀ ਜਿਹੜੇ ਨੇ ਇੱਧਰ ਵੀ ਆਪਾਂ ਦੇਖ ਸਕਦੇ ਹਾਂ ਕਿ ਸਾਡੇ ਸਿੰਘ ਸਾਹਿਬਾਨ ਜਿਸ ਬੱਚੇ ਨੇ ਪੇਪਰ ਕਰ ਲਿਆ ਹੋਵੇ ਉਹ ਆਪਣੀ ਜਗ੍ਹਾ ਤੇ ਖੜੇ ਹੋ ਕੇ ਮੈਨੂੰ ਪੇਪਰ ਦੇ ਸਕਦਾ ਹੈ ਆਪਣੀ ਜਗ੍ਹਾ ਤੇ ਖੜੇ ਕੋਈ ਚੈੱਕ ਕਰਨਾ ਮੈਂ ਵੀ ਬੱਚੇ ਆ ਜਾਣਗੇ ਪਰ ਸਾਡੇ ਨਾਲ ਖੜ੍ਹੇ ਹਨ ਸਰਦਾਰ ਬਲਜਿੰਦਰ ਸਿੰਘ ਜੀ ਇਟਲੀ ਤੋਂ ਪਿੰਡ ਬੁਲੰਦਾ ਤੋਂ ਜੋ ਕਿ ਕੌਣ ਬਣੇਗਾ ਪਿਆਰੇ ਦਾ ਪਿਆਰਾ ਦਾ ਪਹਿਲਾ ਪ੍ਰੋਗਰਾਮ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਕਰਵਾ ਰਹੇ ਆ ਅਸੀਂ ਇਹਨਾਂ ਕੋਲ ਪੁੱਛਾਂਗੇ ਵੀ ਅੱਜ ਦੇ ਸਮਾਗਮ ਬਾਰੇ ਚਾਰ ਸ਼ਬਦ ਬੋਲੇ। ਹਾਂਜੀ ਖਾਲਸਾ ਵਾਹਿਗੁਰੂ ਜੀ। ਮੇਰੇ ਮਨ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਪ੍ਰੋਗਰਾਮ ਜਾਂ ਸਮਾਗਮ ਕਰਵਾਈਏ ਜਿਹੜੇ ਮਨ 'ਚ ਖਾਲਸਾ ਜੀ ਮੈਂ ਜੁੜੇ ਅਤੇ ਵੀ ਬੱਚਿਆਂ ਨੂੰ ਕੋਈ ਜਾਣਕਾਰੀ ਕੋਈ ਗੁਰਸਿੱਖੀ ਨਾਲ ਜੁੜ ਸਕੇ ਕੋਈ ਅਤੇ ਕੋਈ ਇੰਨਾ ਜ਼ਿਆਦਾ ਖਰਚਾ ਨਹੀਂ ਇਹਦਾ ਸਗੋਂ ਅਤੇ ਕੋਈ ਇੰਨੀ ਮਿਹਨਤ ਨਹੀਂ ਕਰਨੀ ਪਈ ਉਹਨਾਂ ਨੂੰ ਇੰਨੀ ਮਿਹਨਤ ਨਹੀਂ ਆ ਜਿੰਨੇ ਬੱਚੇ ਆ ਚੁੱਕੇ ਆ ਅਤੇ ਆ ਬਹੁਤ ਵਧੀਆ ਸਾਡੇ ਸਾਹਮਣੇ ਹੋ ਰਿਹਾ ਸਾਡਾ ਪ੍ਰੋਗਰਾਮ ਬੱਚੇ ਦਾ ਚੱਲ ਰਿਹਾ ਆਪਾਂ ਦੇਖ ਕੇ ਆਪਣੇ ਨਗਰ ਵਿੱਚ ਜਿੰਨੇ ਵੀ ਵੱਧ ਤੋਂ ਵੱਧ ਸਾਰੇ ਭੈਣ ਭਰਾ ਜੁੜ ਕੇ ਕੰਮ ਕਰਨ ਬੱਚਿਆਂ ਨੂੰ ਆਪਾਂ ਗੁਰਸਿੱਖੀ ਨਾਲ ਜੋੜ ਕੇ ਖਾਲਸਾ ਵਾਹਿਗੁਰੂ ਜੀ ਬਣੇ ਬਾਕੀ ਆ ਸ਼ਾਮਾਂ ਨੂੰ ਲਾਈਵ ਚੁੱਕ ਪ੍ਰੋਗਰਾਮ ਸਾਰਾ ਦੇਖਦੇ ਇਹ ਕਿੰਨੇ ਤੋਂ ਕਿੰਨੇ ਆ ਜੀ ਸ਼ਾਮ ਨੂੰ ਜਿੱਦਾਂ ਸ਼ਾਮ ਨੂੰ 7 ਤੋਂ 9 7 ਤੋਂ 9 ਇਹਦੇ ਵਿੱਚ ਜਿਹੜੇ ਬੱਚੇ ਵੱਧ ਰਹਿਣਗੇ ਉਹਨਾਂ ਨੂੰ ਉਹਨਾਂ ਨਾਮ ਲੱਗ ਗਿਆ ਵਧੀਆ ਲੱਗੀ ਖੜੀ ਆ ਤੁਹਾਨੂੰ ਦਿਖਾਉਂਦੇ ਇੱਧਰ ਸਾਈਡ 'ਤੇ ਆ ਉਹ ਘਰ ਪਸੰਦ ਠੀਕ ਆ ਲਾਗੀ ਨਾਮ ਕਿਆ ਕਰਦੇ ਠੀਕ ਹੈ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਸੋ ਇਹ ਆਪਣੇ ਪੱਤਰ ਸਾਹਿਬ ਸੋ ਸਾਡੇ ਨਾਲ ਬਲਜਿੰਦਰ ਸਿੰਘ ਜੀ ਇਟਲੀ ਪੰਨੂ ਸਾਹਿਬ ਇਹ ਸਮਾਗਮ ਦੇ ਵਧਾਈ ਦੇ ਪਾਤਰ ਆ ਜਿਹਦਾ ਕਿ ਇਹਨਾਂ ਨੇ ਪਹਿਲਾ ਪ੍ਰੋਗਰਾਮ ਪਿੰਡ ਬੁਲੰਦਾ ਨੇੜੇ ਮਹਿਰਪੁਰ ਵਿਖੇ ਕਰਵਾ ਕੇ ਸੋ ਸਿੱਖੀ ਦੇ ਨਾਲ ਜੁੜਿਆ ਆ ਸੋ ਇਹ ਵਧਾਈ ਦੇ ਪਾਤਰ ਆ ਬਾਕੀ ਇਹਨਾਂ ਦੀ ਸਾਰੀ ਟੀਮ ਵਧਾਈ ਦੇ ਪਾਤਰ ਆ।